ਨੂੰ ਤਾਂ ਮੈਸੇਜ ਮਿਲਿਆ ਸੀਗਾ ਥਾਣੇ ਕਿ ਭੁੱਲਰਾਂ ਕੋਲ ਐਕਸੀਡੈਂਟ ਹੋ ਗਿਆ, ਉੱਥੇ ਪਹੁੰਚੋ। ਅਸੀਂ ਜਦੋਂ ਗਏ ਹਾਂ ਤਾਂ ਐਕਸੀਡੈਂਟ ਹੋਇਆ ਪਿਆ ਸੀ, ਮੋਟਰਸਾਈਕਲ ਉੱਥੇ ਪਿਆ ਸੀ ਡਿੱਗਿਆ, ਅਤੇ ਜਿਹੜਾ ਟਰੈਕਟਰ ਟਰਾਲੀ ਖੜ੍ਹਾ ਸੀ ਕੋਲੇ, ਅਤੇ ਉਹਨੂੰ ਜਿਹੜਾ ਬੰਦਾ ਜ਼ਖਮੀ ਸੀ ਉਹਨੂੰ ਇੱਥੇ ਲਿਆਏ ਸੀਗੇ ਹਸਪਤਾਲ 'ਚ। ਜਦੋਂ ਅਸੀਂ ਰਸਤੇ 'ਚ ਆਏ ਅੰਬੇਦਕਰ ਚੌਂਕ ਕੋਲੇ, ਉਦੋਂ ਸਾਨੂੰ ਸਾਡਾ ਡਰਾਈਵਰ ਬਲਵਿੰਦਰ ਸਿੰਘ ਮਿਲਿਆ, ਨਾਲ ਉਹਦੇ ਹਰਵਿੰਦਰ ਸਿੰਘ ਡਰਾਈਵਰ ਸੀਗਾ। ਉਹਨਾਂ ਨੇ ਸਾਨੂੰ ਦੱਸਿਆ ਕਿ ਵੀ ਅੱਜ ਅਸੀਂ ਬਠਿੰਡਾ ਰੋਡ ਤੋਂ ਰਹੇ ਹਾਂ, ਭੁੱਲਰਾਂ ਤੋਂ ਆ ਰਹੇ ਸੀਗੇ, ਭੁੱਲਰਾਂ ਵੱਲ ਨੂੰ ਆ ਰਹੇ ਸੀਗੇ, ਅਤੇ ਇਹ ਜਿਹੜਾ ਮੁਖਤਿਆਰ ਸਿੰਘ ਸੀ ਸਾਡੇ ਅੱਗੇ ਸੀਗਾ ਮੋਟਰਸਾਈਕਲ 'ਤੇ ਜੀ। 20-25 ਕਰਮਾਂ ਦਾ ਫਰਕ ਸੀ ਸਾਡਾ ਆਪਸ ਵਿੱਚ। ਅਤੇ ਜਦੋਂ ਅਸੀਂ ਪੈਟਰੋਲ ਪੰਪ ਦੇ ਨਜ਼ਦੀਕ ਪਹੁੰਚੇ ਮੁਖਤਿਆਰ ਸਿੰਘ, ਅਤੇ ਸਾਈਡ ਤੋਂ ਟਰੈਕਟਰ ਆਉਂਦਾ ਜੀ ਸ਼ਿਵਰਾਜ 855, ਅਤੇ ਉਹਨੂੰ ਗੁਰਵਿੰਦਰ ਸਿੰਘ ਮੈਂਬਰ ਪੰਚਾਇਤ ਚਲਾਉਂਦਾ ਜੀ ਭੁੱਲਰਾਂ ਦਾ ਜੀ। ਅਤੇ ਉਹਨੇ ਬੜਾ ਤੇਜ਼ ਰਫ਼ਤਾਰ ਲਈ ਆਉਂਦੇ, ਅਤੇ ਉਹਨੇ ਇੱਕਦਮ ਪੈਟਰੋਲ ਪੰਪ ਨੂੰ ਵੱਲ ਮੋੜਤਾ, ਅਤੇ ਜਿਹੜਾ ਮੁਖਤਿਆਰ ਸਿੰਘ ਹੈ ਤਾਂ ਉਹ ਤੋਂ ਮਤਲਬ ਪੈਟਰੋਲ ਨਹੀਂ ਹੋਇਆ, ਕਿਉਂਕਿ ਇੱਕਦਮ ਮੋਟਰਸਾਈਕਲ ਉਹਨਾਂ ਟਰੈਕਟਰ ਮੋੜਨੇ ਕਰਕੇ ਜੋ ਟਰਾਲੀ ਨਾਲ ਉਹਦਾ ਜਿਹੜਾ ਮੋਟਰਸਾਈਕਲ ਟਕਰਾ ਗਿਆ, ਅਤੇ ਟਕਰਾਉਣ ਕਰਕੇ ਸੜਕ 'ਤੇ ਡਿੱਗ ਪਏ, ਅਤੇ ਸੜਕ 'ਤੇ ਡਿੱਗਣ ਸਾਰ ਹੀ ਉਹਦੇ ਸਿਰ ਅਤੇ ਮੱਥੇ 'ਚ ਸੱਟਾਂ ਲੱਗ ਗਿਆ, ਅਤੇ ਉਹਦੀ ਮੌਕੇ 'ਤੇ ਹੀ ਮੌਤ ਹੋ ਗਈ। ਅਸੀਂ ਬਲਵਿੰਦਰ ਸਿੰਘ ਦੀ ਸਟੇਟਮੈਂਟ 'ਤੇ ਮੁਕੱਦਮਾ ਦਰਜ ਕਰਤਾ ਜੀ। ਇਹ ਮੁਲਾਜ਼ਮ ਹੈ ਜੀ ਸਾਡਾ, ਐਸ ਪੀ ਹੈੱਡਕੁਆਰਟਰ ਸਾਹਿਬ ਨਾਲ ਡਰਾਈਵਰ ਹੈ ਜੀ। ਹਾਂਜੀ, ਔਨ ਡਿਊਟੀ ਸੀ? ਔਨ ਡਿਊਟੀ ਸੀ ਜੀ। ਸਰ ਜਿਹੜਾ ਡਰਾਈਵਰ ਹੈ ਟਰੈਕਟਰ ਦਾ, ਉਹ ਮੌਕੇ 'ਤੇ ਟਰੈਕਟਰ ਟਰਾਲੀ ਉੱਥੇ ਪੰਪ 'ਤੇ ਛੱਡ ਕੇ ਜੀ ਮੌਕੇ ਤੋਂ ਭੱਜ ਗਿਆ ਜੀ। ਉਹਨੂੰ ਅਸੀਂ ਕਬਜ਼ੇ 'ਚ ਲੈ ਲਿਆ ਜੀ, ਟਰੈਕਟਰ ਟਰਾਲੀ ਨੂੰ ਲੈ ਲਿਆ, ਅਤੇ ਜਿਹੜਾ ਮੋਟਰਸਾਈਕਲ ਨੂੰ ਲੈ ਲਿਆ ਜੀ। ਅਸੀਂ ਮੁਕੱਦਮਾ ਦਰਜ ਕਰਤਾ ਜੀ 287-304 AIPC ਦੇ ਤਹਿਤ ਜੀ, ਇਨਵੈਸਟੀਗੇਸ਼ਨ ਜਾਰੀ ਹੈ ਜੀ।